ਹਾਂਜੀ ਸਤਿ ਸ੍ਰੀ ਅਕਾਲ ਜੀ। ਅੱਜ ਬਣਾਵਾਂਗੇ ਜੀ ਆਪਾਂ ਸਮੋਸੇ, ਬਿਲਕੁਲ ਹਲਵਾਈ ਦੀ ਤਰ੍ਹਾਂ, ਬੜੇ ਸੌਖੇ ਤਰੀਕੇ ਦੇ ਨਾਲ ਆਪਾਂ ਘਰ ਦੇ ਵਿੱਚ ਬਣਾ ਸਕਦੇ ਹਾਂ। ਤੇ ਜਿਹੜੇ ਆਏ ਜੀ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਤੇ ਲਓ ਜੀ ਫਿਰ ਬਣਾਉਣੇ ਕਰਦੇ ਹਾਂ ਸ਼ੁਰੂ, ਤੇ ਆਜੋ ਫਿਰ ਦੇਖੋ ਕਿੱਦਾਂ ਬਣਦੇ ਆ। ਹਾਂਜੀ, 1.5 ਕੱਪ ਲਿਆ ਜੀ ਆਪਾਂ ਮੈਦੇ ਦਾ। ਤਾਂ ਲਓ ਜੀ 1.5 ਕੱਪ ਆਪਾਂ ਮੈਦੇ ਦਾ ਪਾ ਲਿਆ। ਨਮਕ ਪਾਵਾਂਗੇ ਜੀ ਆਪਾਂ 1/2 ਚਮਚ, ਜਵੈਣ ਪਾਵਾਂਗੇ ਜੀ ਆਪਾਂ 1/2 ਚਮਚ, ਤਾਂ ਰਿਫਾਇੰਡ ਆਇਲ ਪਾਵਾਂਗੇ ਜੀ ਆਪਾਂ 3 ਟੇਬਲ ਸਪੂਨ। ਤਾਂ ਹੁਣ ਆਪਾਂ ਜੀ ਰਿਫਾਇੰਡ ਆਇਲ ਨੂੰ ਅਤੇ ਮੈਦੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਤਾਂ ਪਾਣੀ ਹੈ ਜਿਹੜਾ ਜੀ ਤੁਸੀਂ ਉੱਨੀ ਦੇਰ ਨਹੀਂ ਪਾਉਣਾ ਜਿੰਨਾ ਚਿਰ ਇਸ ਤਰ੍ਹਾਂ ਤੁਹਾਡੀਆਂ ਜਿਹੜੀਆਂ ਮੈਦੇ ਦੀਆਂ ਡਲੀਆਂ ਨਾ ਬਣਨ। ਅਤੇ ਜੇ ਤਾਂ ਤੁਸੀਂ ਜ਼ਿਆਦਾ ਕ੍ਰਿਸਪੀ ਸਮੋਸੇ ਬਣਾਉਣੇ ਤਾਂ ਫਿਰ ਤਾਂ ਰਿਫਾਇੰਡ ਆਇਲ ਹੀ ਪਾਇਆ ਜੇ, ਅਤੇ ਜੇ ਖਸਤਾ ਬਣਾਉਣੇ ਤਾਂ ਫਿਰ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਵਿੱਚ ਰਿਫਾਇੰਡ ਤੇਲ ਦੀ ਜਗ੍ਹਾ 'ਤੇ। ਤਾਂ ਲਓ ਜੀ ਹੁਣ ਕਰਦੇ ਹਾਂ ਆਪਾਂ ਪਾਣੀ ਐਡ। ਤਾਂ ਪਾਣੀ ਲਿਆ ਜੀ ਆਪਾਂ 1/2 ਕੱਪ। ਤਾਂ ਪਾਣੀ ਆ ਜਿਹੜਾ ਥੋੜ੍ਹਾ ਥੋੜ੍ਹਾ ਕਰਕੇ ਪਾਵਾਂਗੇ, ਇੱਕ ਵਾਰੀ ਨਹੀਂ ਜਿਹੜਾ ਪਾਣੀ ਤੁਸੀਂ ਪਾਉਣਾ। ਜਿੰਨੀ ਜਿੰਨੀ ਆਪਾਂ ਨੂੰ ਪਾਣੀ ਦੀ ਜ਼ਰੂਰਤ ਹੋਊਗੀ ਉੱਨਾ ਉੱਨਾ ਆਪਾਂ ਪਾਉਂਦੇ ਜਾਵਾਂਗੇ, ਨਹੀਂ ਤਾਂ ਫਿਰ ਡੋ ਆ ਜਿਹੜਾ ਆਪਣਾ ਜ਼ਿਆਦਾ ਪਤਲਾ ਬਣ ਜੂਗਾ। ਤਾਂ ਇਸ ਤਰ੍ਹਾਂ ਜਿਹੜਾ ਥੋੜ੍ਹਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਸਲਣਾ ਤੁਸੀਂ, ਹੈ ਨਾ। ਡੋ ਆ ਜਿਹੜਾ ਆਪਣਾ ਟਾਈਟ ਜਿਹਾ ਹੀ ਹੋਣਾ ਚਾਹੀਦਾ, ਜਿੱਦਾਂ ਆਪਾਂ ਆਟਾ ਗੁੰਨਦੇ ਹਾਂ ਉਸ ਤਰ੍ਹਾਂ ਇਹਨੂੰ ਗੁੰਨਣਾ ਤੁਸੀਂ। ਤਾਂ ਹੁਣ ਆਪਾਂ ਪਾਣੀ ਥੋੜ੍ਹਾ ਜਿਹਾ ਹੋਰ ਐਡ ਕਰ ਲਾਂਗੇ। ਤਾਂ ਹੁਣ ਆਪਾਂ ਥੋੜ੍ਹਾ ਜਿਹਾ ਪਾਣੀ ਐਡ ਕਰਾਂਗੇ, ਥੋੜ੍ਹਾ ਜਿਹਾ ਡੋਆ ਜਿਹੜਾ ਆਪਣਾ ਟਾਈਟ ਆ ਜੇ। ਹੁਣ ਆਪਾਂ ਇਹਨੂੰ ਆਟੇ ਦੀ ਤਰ੍ਹਾਂ ਗੁੰਨਣਾ। ਤਾਂ ਹੁਣ ਆ ਜਿਹੜਾ ਤੁਸੀਂ ਇਹਨੂੰ 5 ਤੋਂ 7 ਮਿੰਟ ਇਸੇ ਤਰ੍ਹਾਂ ਗੁੰਨਦੇ ਰਹਿਣਾ। ਤਾਂ ਇਸ ਟਾਈਮ ਜਿਹੜੀ ਥੋੜ੍ਹੀ ਥੋੜ੍ਹੀ ਜਿਹੀ ਮਿਹਨਤ ਲੱਗੂਗੀ। ਤਾਂ ਲਓ ਜੀ ਡੋ ਆ ਜਿਹੜਾ ਆਪਣਾ ਬਣ ਕੇ ਤਿਆਰ ਆ। ਤਾਂ ਇਸ ਤਰ੍ਹਾਂ ਆਪਾਂ ਇਹਨੂੰ ਸਾਈਡ 'ਤੇ ਲਾ ਲਾਂਗੇ, ਤਾਂ ਉੱਪਰ ਪਾ ਦਾਂਗੇ ਜੀ ਆਪਾਂ ਇਹਦੇ ਗਿੱਲਾ ਕਰਕੇ ਕੱਪੜਾ। ਤਾਂ ਇਸ ਤਰ੍ਹਾਂ ਕੱਪੜਾ ਪਾ ਕੇ ਕਰ ਦਾਂਗੇ ਇਹਨੂੰ ਕਵਰ। ਤਾਂ 10 ਤੋਂ 15 ਮਿੰਟ ਰੱਖਾਂਗੇ ਆਪਾਂ ਇਹਨੂੰ ਰੈਸਟ 'ਤੇ। ਤਾਂ ਹੁਣ ਜੀ ਆਲੂ ਲਏ ਆ ਜੀ ਆਪਾਂ 400 ਗ੍ਰਾਮ, ਅਤੇ ਮਟਰ ਲਏ ਆ ਜੀ ਆਪਾਂ 70 ਗ੍ਰਾਮ। ਤਾਂ 7 ਧਨੀਆ ਪਾਵਾਂਗੇ ਜੀ ਆਪਾਂ ਕੁੱਟਿਆ ਹੋਇਆ 1 ਟੀਸਪੂਨ। ਤਾਂ 1/2 ਟੀਸਪੂਨ ਪਾਵਾਂਗੇ ਜੀ ਆਪਾਂ ਚਿੱਲੀ ਫਲੈਕਸ, 1/2 ਟੀਸਪੂਨ ਪਾਵਾਂਗੇ ਜੀ ਆਪਾਂ ਨਮਕ, 1/2 ਤੋਂ 1/2 ਟੀਸਪੂਨ ਪਾਵਾਂਗੇ ਜੀ ਆਪਾਂ ਰੈੱਡ ਚਿੱਲੀ ਪਾਊਡਰ, ਤਾਂ ਧਨੀਆ ਪਾਊਡਰ ਪਾਵਾਂਗੇ ਜੀ ਆਪਾਂ 1/2 ਟੀਸਪੂਨ, 1/2 ਤੋਂ 1/2 ਟੀਸਪੂਨ ਪਾਵਾਂਗੇ ਜੀ ਆਪਾਂ ਮੈਗੀ ਮਸਾਲਾ। ਹਾਂਜੀ ਹੁਣ ਆਪਾਂ ਕਰਾਂਗੇ ਜੀ ਇਹਨੂੰ ਹੱਥ ਦੇ ਨਾਲ ਮੈਸ਼। ਮੈਸ਼ਰ ਦੇ ਨਾਲ ਮੈਸ਼ ਨਹੀਂ ਕਰਨਾ ਆਪਾਂ, ਕਿਉਂਕਿ ਫਿਰ ਜ਼ਿਆਦਾ ਆਲੂ ਆ ਜਿਹੜੇ ਉਹ ਜ਼ਿਆਦਾ ਮੈਸ਼ ਹੋ ਜਾਂਦੇ ਆ, ਤਾਂ ਜਿਹੜਾ ਫਿਰ ਟੈਕਸਚਰ ਆ ਜਿਹੜਾ ਉਹ ਸਹੀ ਨਹੀਂ ਆਉਣਾ ਆਪਣੇ ਮਸਾਲੇ ਦਾ। ਆਲੂ ਆ ਜਿਹੜੇ ਆਪਣੇ ਥੋੜ੍ਹੇ ਜਿਹੇ ਮੋਟੇ ਮੋਟੇ ਹੋਣੇ ਚਾਹੀਦੇ ਇਹਦੇ ਵਿੱਚ। ਤਾਂ ਮਟਰ ਆ ਜਿਹੜੇ ਤੁਸੀਂ ਫਰੈਸ਼ ਹੀ ਪਾਇਆ ਜੀ, ਪੈਕਟ ਵਾਲੇ ਮਟਰ ਨਾ ਵਰਤਿਆ ਜੀ। ਤਾਂ ਨਮਕ ਆ ਤੁਸੀਂ ਚੈੱਕ ਕਰ ਸਕਦੇ ਹੋ ਇਸ ਟਾਈਮ, ਆਪਣੇ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ। ਥੋੜ੍ਹੀ ਜਿਹੀ ਪਾਲਾਂਗੇ ਜੀ ਆਪਾਂ ਮੇਥੀ ਪੱਤਾ, ਅਤੇ ਮਿਕਸ ਕਰ ਲੈਣਾ ਮੇਥੀ ਨੂੰ ਵੀ। ਤਾਂ ਲਓ ਜੀ ਮਸਾਲਾ ਜਿਹੜਾ ਬਣ ਕੇ ਆਪਣਾ ਤਿਆਰ ਹੋ ਚੁੱਕਿਆ ਜੀ। ਤਾਂ ਹਾਂਜੀ ਡੋ ਪਾਈ ਨੂੰ ਆਪਣੇ ਨੂੰ 15 ਮਿੰਟ ਹੋ ਚੁੱਕੇ ਆ ਜੀ, ਤਾਂ ਇੱਕ ਵਾਰੀ ਥੋੜ੍ਹਾ ਜਿਹਾ ਮਸਲਾਂਗੇ ਆਪਾਂ। ਤਾਂ ਡੋ ਵੀ ਆ ਜਿਹੜਾ ਆਪਣਾ ਜੀ ਸੌਫਟ ਹੋ ਚੁੱਕਿਆ ਜੀ। ਤਾਂ ਹੁਣ ਆਪਾਂ ਇਹਦੇ ਵਿੱਚੋਂ ਛੋਟਾ ਜਿਹਾ ਪੋਰਸ਼ਨ ਤੋੜਾਂਗੇ, ਤਾਂ ਇਸ ਤਰ੍ਹਾਂ ਤੋੜ ਲੈਣਾ। ਤਾਂ ਇਹਦਾ ਬਣਾਵਾਂਗੇ ਜੀ ਆਪਾਂ ਪੇੜਾ, ਤਾਂ ਇਸ ਤਰ੍ਹਾਂ ਪੇੜਾ ਬਣਾ ਲੈਣਾ, ਇੰਨੇ ਕੁ ਸਾਈਜ਼ ਦਾ ਪੇੜਾ ਬਣਾਵਾਂਗੇ ਜੀ ਆਪਾਂ। ਤਾਂ ਲਓ ਜੀ ਹੁਣ ਬਣਾਉਂਦੇ ਹਾਂ ਜੀ ਆਪਾਂ ਸ਼ੀਟ। ਪਹਿਲਾਂ ਤਾਂ ਵੇਲਾਂਗੇ ਜੀ ਇਹਨੂੰ ਰੋਟੀ ਦੀ ਤਰ੍ਹਾਂ, ਥੋੜ੍ਹਾ ਜਿਹਾ ਗੋਲ ਕਰਾਂਗੇ ਆਪਾਂ ਇਹਨੂੰ। ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਲੰਮੇ ਲੋਟ ਹੀ ਵੇਲਣਾ।
ਥੋੜਾ ਜਿਹਾ ਵਜਨ ਦੇ ਕੇ ਵੇਲਣਾ ਇਹਨੂੰ ਤੁਸੀਂ, ਤੇ ਜਿਆਦਾ ਪਤਲਾ ਨਹੀਂ ਕਰਨਾ ਇਹਨੂੰ, ਰੋਟੀ ਤੋਂ ਥੋੜਾ ਜਿਹਾ ਪਤਲਾ ਹੋਣਾ ਚਾਹੀਦਾ ਆਪਣਾ। ਤਾਂ ਲਓ ਜੀ ਸੈਂਟਰ ਤੋਂ ਲਾ ਗਏ ਆਪਾਂ ਇਹਨੂੰ ਕੱਟ। ਤਾਂ ਇਸ ਤਰ੍ਹਾਂ ਆਪਣੀ ਸ਼ੀਟ ਬਣਨੀ ਚਾਹੀਦੀ ਆ, ਇਦੋਂ ਆਪਣੀ ਪਤਲੀ ਨਹੀਂ ਹੋਣੀ ਚਾਹੀਦੀ ਗੀ, ਰੋਟੀ ਤੋਂ ਥੋੜ੍ਹੀ ਜਿਹੀ ਪਤਲੀ ਆ। ਤਾਂ ਲਓ ਜੀ ਇਸੇ ਤਰ੍ਹਾਂ ਆਪਾਂ ਸਾਰੇ ਸਮੋਸਿਆਂ ਲਈ ਸ਼ੀਟ ਬਣਾ ਲੈਂਦੇ ਹਾਂ। ਇਹ ਸ਼ੀਟ ਆਪਾਂ ਬਣਾ ਲਈਆਂ, ਤਾਂ ਹੁਣ ਆਪਾਂ ਸਮੋਸਾ ਸ਼ੇਪ ਕਰਦੇ ਹਾਂ। ਤਾਂ ਸਮੋਸਾ ਸ਼ੇਪ ਕਰਨ ਦੇ ਲਈ ਮੈਂ ਤੁਹਾਨੂੰ ਦੱਸਦਾ ਕਿੱਦਾਂ ਕਰਨਾ। ਤਾਂ ਲਓ ਜੀ ਇਸ ਤਰ੍ਹਾਂ ਆਪਾਂ ਵਿਛਾ ਲਈ ਸ਼ੀਟ। ਤਾਂ ਸਭ ਤੋਂ ਪਹਿਲਾਂ ਲਾਵਾਂਗੇ ਆਪਾਂ ਇਹਦੇ ਪਾਣੀ, ਤਾਂ ਪਾਣੀ ਇਹਦੇ ਲਾਉਣਾ ਹੈ ਕਿਨਾਰੀਆਂ 'ਤੇ। ਤਾਂ ਇਸ ਤਰ੍ਹਾਂ ਉਂਗਲ ਦੇ ਨਾਲ ਆਪਾਂ ਪਾਣੀ ਲਾ ਲਾਂਗੇ। ਤਾਂ ਲਓ ਜੀ ਪਾਣੀ ਹੈ ਜਿਹੜਾ ਲੱਗ ਚੁੱਕਿਆ। ਤਾਂ ਇਸ ਤਰ੍ਹਾਂ ਆਪਾਂ ਇਹਨੂੰ ਕਰਾਂਗੇ ਬੰਦ, ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਜਿਹੜਾ ਸਮੋਸਾ ਜਿਹੜਾ ਆਪਣਾ ਖੁੱਲ੍ਹੇ ਨਾ, ਨਹੀਂ ਤਾਂ ਚੱਕਣ ਦੇ ਟਾਈਮ ਜਿਹੜਾ ਸਮੋਸਾ ਕਈ ਵਾਰੀ ਖੁੱਲ੍ਹ ਜਾਂਦਾ। ਤਾਂ ਥੱਲੋਂ ਤੋਂ ਨੋਕ ਬੰਦ ਕਰ ਲੈਣੀ ਆ। ਤਾਂ ਅੰਦਰਲੀ ਸਾਈਡ ਜਿਹੜੀ ਉਂਗਲੀ ਆ ਪੂਰੀ ਫੁੱਲ ਪਾ ਲੈਣੀ ਆ ਜਿੱਥੋਂ ਤੱਕਰ ਪੈਂਦੀ ਆ, ਤਾਂ ਫਿਰ ਹੀ ਆ ਜਿਹੜਾ ਜੋੜ ਬੰਦ ਹੋਊਗਾ। ਤਾਂ ਮੈਦੇ ਨੂੰ ਜਿਹੜਾ ਇੱਕ ਦੂਜੇ ਦੇ ਨਾਲ ਮਿਕਸ ਕਰ ਲੈਣਾ। ਤਾਂ ਇਸ ਤਰ੍ਹਾਂ ਆਪਾਂ ਸਮੋਸਾ ਚੱਕਾਂਗੇ। ਤਾਂ ਹੁਣ ਆਪਾਂ ਇਸ ਤਰ੍ਹਾਂ ਮੁੱਠੀ ਬਣਾਵਾਂਗੇ। ਤਾਂ ਜੋੜ ਵਾਲਾ ਪਾਸਾ ਜਿਹੜਾ ਤੁਸੀਂ ਆਪਣੇ ਵੱਲ ਰੱਖਣਾ। ਤਾਂ ਹੁਣ ਇਹਦੇ ਵਿੱਚ ਭਰਾਂਗੇ ਆਪਾਂ ਆਲੂ। ਤਾਂ ਆਲੂ ਹੈ ਜਿਹੜਾ ਇਹ ਚੰਗੀ ਤਰ੍ਹਾਂ ਭਰ ਲੈਣਾ। ਤਾਂ ਇਹਦੇ ਵਿੱਚ ਏਅਰ ਨਹੀਂ ਰਹਿਣੀ ਚਾਹੀਦੀ ਆਪਣੀ, ਜਾਣੀ ਕਿ ਹਵਾ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਫਿਰ ਸਮੋਸੇ ਦੀ ਜਿਹੜੀ ਸ਼ੇਪ ਨਹੀਂ ਸਹੀ ਬਣਨੀਗੀ। ਤਾਂ ਲਓ ਜੀ ਆਲੂ ਆਪਾਂ ਪਾ ਲਏ ਆ। ਤਾਂ ਇੱਥੋਂ ਆਪਾਂ ਇਹਦੀ ਗਲਾਈ ਨੂੰ ਥੋੜ੍ਹਾ ਜਿਹਾ ਕਰਾਂਗੇ ਫੋਲਡ। ਤਾਂ ਉਸ ਤੋਂ ਬਾਅਦ ਹੀ ਆਪਾਂ ਇੱਕ ਦੂਜੇ ਨੂੰ ਮਿਲਾਉਂਦੇ ਹੋਏ ਸਾਈਡ ਤੋਂ ਬੰਦ ਕਰਦੇ ਚੱਲਾਂਗੇ। ਤਾਂ ਸ਼ੀਟ ਨੂੰ ਥੋੜ੍ਹਾ ਜਿਹਾ ਖਿੱਚ ਕੇ ਲੰਮਾ ਕਰ ਲੈਣਾ। ਤਾਂ ਇਸ ਤਰ੍ਹਾਂ ਬੰਦ ਕਰਦੇ ਜਾਵਾਂਗੇ। ਤਾਂ ਬੰਦ ਆ ਜਿਹੜਾ ਸਮੋਸਾ ਚੰਗੀ ਤਰ੍ਹਾਂ ਕਰਨਾ ਜਿਹੜਾ ਆਪਣਾ ਖੁੱਲ੍ਹੇ ਨਾ। ਤਾਂ ਹਾਂਜੀ, ਤਾਂ ਆਪਣੇ ਬਣੇ ਨੇ ਜੀ 1.5 ਕੱਪ ਮੈਦੇ ਤੋਂ 8 ਸਮੋਸੇ। ਤਾਂ ਪੂਰੇ ਫੁੱਲ ਸਾਈਜ਼ ਦੇ ਆ। ਤਾਂ ਲਓ ਜੀ ਸ਼ੇਪ ਦੇਖੋ ਤੁਸੀਂ, ਬਿਲਕੁਲ ਹਲਵਾਈਆਂ ਵਰਗੀ ਹੈ ਕਿ ਨਹੀਂ, ਤਾਂ ਦੱਸਣਾ ਜ਼ਰੂਰ ਕਮੈਂਟ ਕਰਕੇ। ਤਾਂ ਲਓ ਜੀ ਸਾਰੇ ਸਮੋਸੇ ਆਪਾਂ ਇਸੇ ਤਰ੍ਹਾਂ ਤਿਆਰ ਕਰ ਲੈਣੇ। ਤਾਂ ਹਾਂਜੀ ਕੜਾਹੀ ਆ ਜਿਹੜੀ ਆਪਾਂ ਰੱਖ ਲਈ ਆ, ਅਤੇ ਹੁਣ ਪਾਵਾਂਗੇ ਜੀ ਰਿਫਾਇੰਡ ਆਇਲ। ਤਾਂ ਹਾਂਜੀ ਤੇਲ ਆ ਜਿਹੜਾ ਆਪਣਾ ਹੀ, ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਸਮੋਸਿਆਂ ਦੇ ਉੱਪਰ ਆਏ ਨਾ ਬਣ ਜਾਣੇ ਜਿਵੇਂ ਬੁਲਬੁਲੇ ਜਿਹੇ ਬਣ ਜਾਣੇ ਨਿੱਕੇ ਨਿੱਕੇ। ਤਾਂ ਮੀਡੀਅਮ ਜਿਹੇ ਟੈਂਪਰੇਚਰ 'ਤੇ ਆਪਾਂ ਇਹਨਾਂ ਨੂੰ ਪਾਉਣਾ। ਤਾਂ ਲਓ ਜੀ ਸਮੋਸੇ ਹੁਣ ਆਪਾਂ ਛੱਡ ਦਿੰਦੇ ਹਾਂ। ਤਾਂ ਇੱਕ ਵਾਰੀ ਦੇ ਵਿੱਚ ਆਪਣੇ 3 ਤੋਂ 4 ਸਮੋਸੇ ਬਣ ਜਾਣਗੇ। ਤਾਂ ਤੇਲ ਪਾਇਆ ਜੀ ਆਪਾਂ 1.25 ਲੀਟਰ। ਹਾਂਜੀ ਸਮੋਸਿਆਂ ਦਾ ਕਲਰ ਆ ਜਿਹੜਾ ਇਹ ਚੇਂਜ ਹੋਣਾ ਸ਼ੁਰੂ ਹੋ ਚੁੱਕਿਆ ਜੀ। ਇਸ ਟਾਈਮ ਨਾਲ ਦੀ ਨਾਲ ਹਿਲਾਉਂਦੇ ਰਹਿਣਾ ਕਿਉਂਕਿ ਤੇਲ ਦਾ ਟੈਂਪਰੇਚਰ ਵੀ ਤੇਜ਼ ਹੋ ਜਾਂਦਾ। ਤਾਂ ਹੁਣ ਜੀ ਆਪਾਂ ਜਿਹੜਾ ਗੈਸ ਦਾ ਟੈਂਪਰੇਚਰ ਬਿਲਕੁਲ ਸਿਮ ਕਰ ਦਾਂਗੇ, ਤਾਂ ਨਹੀਂ ਤਾਂ ਫਿਰ ਜ਼ਿਆਦਾ ਤੇਲ ਗਰਮ ਦੇ ਵਿੱਚ ਸਮੋਸੇ ਜਲਣੇ ਸ਼ੁਰੂ ਹੋ ਜਾਣਗੇ, ਬਹੁਤ ਹੀ ਜਲਦੀ ਆ ਜਿਹੜਾ ਇਹਨਾਂ ਦਾ ਕਲਰ ਆ ਉਹ ਚੇਂਜ ਹੋਊਗਾ ਨਾ। ਹਾਂਜੀ ਸਮੋਸੇ ਆ ਜਿਹੜੇ ਜੀ ਆਪਣੇ ਬਣ ਚੁੱਕੇ ਆ, ਤਾਂ ਹੁਣ ਆਪਾਂ ਕੱਢਣੇ ਕਰਦੇ ਹਾਂ ਸ਼ੁਰੂ। ਜਿਹੜੇ ਆਪਾਂ ਪਹਿਲਾਂ ਪਾਏ ਜੀ ਉਹ ਆਪਾਂ ਕੱਢ ਲੈਣੇ ਆ।
ਹਾਂਜੀ ਦੇਖੋ ਫਿਰ ਬਣੇ ਨਾ ਬਿਲਕੁਲ ਹਲਵਾਈ ਵਰਗੇ। ਚਲੋ ਜੀ ਗੈਸ ਕਰ ਦਿੰਦੇ ਜੀ ਆਪਾਂ ਬੰਦ। ਬਣ ਚੁੱਕੇ ਹਾਂ ਜੀ, ਉਹ ਵੀ ਆਪਾਂ ਕੱਢ ਲੈਂਦੇ ਹਾਂ। ਹਾਂਜੀ ਬਣਿਆ ਨਾ ਜੀ ਹਲਵਾਈ ਵਰਗੇ ਸਮੋਸੇ, ਤੇ ਬੜੇ ਵਧੀਆ ਬਣੇ ਜੀ ਸਮੋਸੇ ਆਪਣੇ। ਕਿਸੇ ਵੀ ਸਮੋਸੇ ਤੇ ਆਪਣੇ ਜੀ ਬਿੰਦੀਆਂ ਆਈਆਂ ਨਹੀਂ ਬਣੀਆਂ ਹੈਗੀਆਂ, ਤੇ ਬੜੇ ਹੀ ਆਪਣੇ ਕ੍ਰਿਸਪੀ ਬਣੇ ਜੀ ਸਮੋਸੇ। ਤੇ ਜਿੰਨਾ ਤੁਹਾਨੂੰ ਮੈਂ ਸਮਾਨ ਦੱਸਿਆ ਇੰਨਾ ਹੀ ਸਮਾਨ ਪਾਉਣਾ ਤੁਸੀਂ, ਤਾਂ ਸਮੋਸੇ ਤੁਹਾਡੇ ਵਧੀਆ ਬਣਨਗੇ। ਤੇ ਜੇਕਰ ਤੁਹਾਨੂੰ ਆ ਮੇਰੀ ਰੈਸਪੀ ਆਈ ਹੈ ਪਸੰਦ, ਤਾਂ ਫਿਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ, ਤਾਂ ਜੋ ਤੁਹਾਡੇ ਤੱਕ ਅਗਲੀ ਰੈਸਪੀ ਦੀ ਵੀਡੀਓ ਜਲਦ ਤੋਂ ਜਲਦ ਪਹੁੰਚ ਸਕੇ। ਤਾਂ ਲਓ ਜੀ ਫਿਰ ਮਿਲਦੇ ਹਾਂ ਕਿਸੇ ਅਗਲੀ ਰੈਸਪੀ ਦੇ ਨਾਲ। ਵੀਡੀਓ ਵੇਖਣ ਲਈ ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।